ਗਰਮੀ ਧੱਕੇ ਖਾਂਦੇ ਖਾਂਦੇ ਸਾਡੇ ਸੰਗ ਸੁੱਕੇ ਪਏ ਆ, ਹੁਣ ਅਸੀਂ ਪੀਣ ਆ ਗਏ ਆ ਜੂਸ। ਗਰਮੀ 'ਚ ਜੂਸ ਜਸ ਪੀਂਦੇ ਰਿਹਾ ਕਰੋ, ਨਹੀਂ ਤਾਂ ਤੁਹਾਡੇ ਸਰੀਰ ਵਿੱਚ ਪਾਣੀ ਪੂਣੀ ਦੀ ਕਮੀ ਆ ਜਾਊਗੀ। ਨਜ਼ਾਰਾ ਹੀ ਵੱਖਰਾ, ਤੁਸੀਂ ਵੀ ਟਰਾਈ ਕਰਿਓ, ਬਹੁਤ ਵਧੀਆ ਲੱਗਦਾ। ਕਿਸੇ ਟਾਈਮ ਇਹ ਜਿਹੜੇ ਥਰਮਲ ਬਣੇ ਸਾਨੂੰ ਬਿਜਲੀ ਸਪਲਾਈ ਕਰਦੇ ਸੀ, ਅੱਜ ਕੱਲ੍ਹ ਇਹਨਾਂ ਦੀ ਹਾਲਤ ਇਹੋ ਜਿਹੀ ਹੋ ਚੁੱਕੀ ਹੈ ਕਿ ਸਾਡੇ ਕੋਲੋਂ ਬਿਜਲੀ ਮੰਗਦੇ ਆ। ਸਾਰਿਆਂ ਨੂੰ ਕੀ ਹਾਲ ਚਾਲ, ਅਸੀਂ ਚੱਲੇ ਸੀਗੇ ਜੀ ਮਾਨਸਾ। ਮਾਨਸਾ ਸਾਨੂੰ ਰਸਤੇ ਵਿੱਚ ਪਤਾ ਲੱਗਿਆ ਇੱਥੇ ਇੱਕ ਮੈਸਰ ਖਾਨੇ ਦੇ ਨਾਂ 'ਤੇ ਇੱਕ ਮੰਦਰ ਬਹੁਤ ਫੇਮਸ ਆ। ਇੱਥੇ ਸਾਰਿਆਂ ਦੇ ਅਲੱਗ ਅਲੱਗ ਮੰਦਰ ਬਣੇ ਹੋਏ ਆ, ਜਿਵੇਂ ਉਹ ਸਾਹਮਣੇ ਜੀ ਵੇਖੋ, ਉਹ ਦਿਨ ਮੈਂ ਦਿਖਾਊਂਗਾ, ਉਹ ਬਣਿਆ ਹੋਇਆ ਪੰਡਤਾਂ ਦਾ ਮੰਦਰ ਹੈ ਜੀ। ਇਸ ਜਗ੍ਹਾ 'ਤੇ ਜਿਹੜਾ ਇੱਧਰ ਬਣਿਆ ਹੋਇਆ ਆ, ਇਹ ਸੁਨਿਆਰਿਆਂ ਦਾ ਮੰਦਰ ਹੈ ਜੀ, ਉਹ ਬਰਲੀ ਸਾਈਡ ਵੀ ਸ਼ਾਇਦ ਕੋਈ ਸੁਨਿਆਰਿਆਂ ਦਾ ਮੰਦਰ ਹੀ ਆ। ਇੱਥੇ ਕੀ ਚੱਕਰ ਹੋਇਆ ਸੀ, ਇਸ ਜਗ੍ਹਾ ਤੁਹਾਨੂੰ ਮੈਂ ਦੱਸ ਦੇਣਾ ਕੀ ਸੀ। ਇੱਥੇ ਇੱਕ ਭਗਤ ਹੁੰਦਾ ਸੀ, ਬਹੁਤ ਮਤਲਬ ਭਗਤੀ ਕਰਦਾ ਸੀਗਾ, ਜਵਾਲਾ ਜੀ ਮਾਤਾ ਦੀ, ਕਮਾਲੂ ਭਗਤ ਉਹਨਾਂ ਦਾ ਨਾਮ ਸੀ। ਉਹਨਾਂ ਦੀ ਸਮਾਧ ਬਣੀ ਹੋਈ ਆ ਮੇਨ ਦਰਬਾਰ ਸਾਹਿਬ ਦੇ ਵਿੱਚ ਜੀ, ਆਹ ਸਾਹਮਣੇ ਬੇਰੀ ਲੱਗੀ ਹੋਈ ਆ। ਇੱਥੇ ਉਹਦੀ ਤਪੱਸਿਆ ਕਰਦੇ ਸੀਗੇ, ਬਹੁਤ ਜ਼ਿਆਦਾ ਮੰਨਦੇ ਸੀ, ਜਵਾਲਾ ਜੀ ਮਾਤਾ ਜੀ ਨੂੰ ਮੰਨਦੇ ਸੀ, ਬਹੁਤ ਵੱਡੇ ਭਗਤ ਸੀ ਉਹਨਾਂ ਦੇ। ਪਰ ਕਾਫੀ ਟਾਈਮ ਬਾਅਦ ਉਹ ਹਰ ਨਰਾਤਿਆਂ ਦੇ ਉੱਤੇ ਜਾਂਦੇ ਸੀਗੇ ਮੱਥਾ ਟੇਕਣ ਜੀ, ਅਤੇ ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਦੀ ਤਬੀਅਤ ਥੋੜ੍ਹੀ ਢਿੱਲੀ ਹੋ ਗਈ, ਅਤੇ ਉਹਨਾਂ ਨੇ ਕਿਹਾ ਵੀ ਮੈਂ ਜਾਣਾ ਵੀ ਜ਼ਰੂਰ ਆ। ਫਿਰ ਉਹਨਾਂ ਨੇ ਅਰਦਾਸ ਕੀਤੀ ਜਵਾਲਾ ਜੀ ਮਾਤਾ ਨੂੰ ਕਿ ਮਾਤਾ ਮੇਰੇ ਕੋਲੋਂ ਆਇਆ ਨਹੀਂ ਜਾਣਾ, ਅਤੇ ਤੁਸੀਂ ਇੱਥੇ ਆਓ, ਆਪ ਪਧਾਰੋ, ਮੈਨੂੰ ਦਰਸ਼ਨ ਦਿਓ ਜੀ। ਉਸ ਤੋਂ ਬਾਅਦ ਕੀ ਹੁੰਦਾ ਗਿਆ, ਜਦੋਂ ਤੋਂ ਵੀ 6 ਮਹੀਨਿਆਂ ਬਾਅਦ ਵੀ ਨਰਾਤੇ ਹੁੰਦੇ ਆ, 6 ਨਰਾਤੇ 'ਤੇ ਇੱਥੇ ਜੋਤਾਂ ਹੁੰਦੀਆਂ ਜੀ ਆਪਣੇ ਆਪ, ਮੰਦਰ ਦੇ ਵਿੱਚ ਜੋਤਾਂ ਆਪਣੇ ਆਪ ਜਗ ਜਾਂਦੀਆਂ। ਅਤੇ ਆਹ ਉਹ ਬਣੀ ਹੋਇਆ ਮਿੱਟੀ ਦਾ ਕੁੱਪ ਜਿੱਥੇ ਲੋਕ ਸਾਰੀ ਆਪਦੀ ਮੰਨਤ ਪੂਰੀ ਕਰਦੇ ਆ, ਕੋਈ ਆਪਦੇ ਇੱਥੇ ਮੁੰਡੇ ਦੀ ਸੁੱਖ ਸੁੱਕ ਜਾਂਦਾ, ਕੋਈ ਵਿਆਹ ਦੀਆਂ ਸੁੱਖਾਂ ਸੁੱਕ ਜਾਂਦਾ, ਇਹਦੇ ਵਿੱਚ ਮਿੱਟੀ ਕੱਢੀ ਜਾਂਦੀ ਹੈ ਜੀ। ਅਤੇ ਜਿਹੜਾ ਕਮਾਲੂ ਜੀ ਦੀ ਸਮਾਧ ਬਣੀ ਹੋਈ ਹੈ ਮੇਨ ਦਰਬਾਰ ਦੇ ਅੰਦਰ ਹੀ ਬਣੀ ਹੋਈ ਹੈ ਜੀ, ਉਹ ਜਿਹੜਾ ਸਾਹਮਣੇ ਆ ਮੇਨ ਦਰਬਾਰ ਬਣਿਆ ਹੋਇਆ ਇਹਦੇ ਵਿੱਚ ਬਣੀ ਹੋਈ ਹੈ ਜੀ। ਸਾਨੂੰ ਇੱਥੇ ਸਕਿਉਰਿਟੀ ਗਾਰਡ ਨੇ ਰੋਕਤਾ ਸੀ ਵੀਡੀਓ ਬਣਾਉਣ ਤੋਂ, ਪਰ ਅਸੀਂ ਕੋਈ ਨਾ ਕੋਈ ਜੁਗਾੜ ਲਾ ਕੇ ਇੱਥੇ ਵੀਡੀਓ ਬਣਾ ਰਹੀ ਆ। ਉਹ ਦੇਖੋ ਪਿੱਛੇ ਸਾਰੀ ਬਣਾ ਰਹੀ ਆ, ਉਹ ਦੇਖੋ ਸਾਰੀ, ਬਾਕੀ ਤੁਸੀਂ ਸਾਰੇ ਸ਼ੋਟਸ ਨੂੰ ਤੁਹਾਨੂੰ ਦਿਖਾਉਣਾ ਮੈਂ ਕਿਵੇਂ ਕਿਵੇਂ ਬਣੀ। ਹਾਂ, ਇੱਥੋਂ ਦਾ ਬਹੁਤ ਹੀ ਵੱਡਾ ਹਾਲ ਬਣਿਆ ਹੋਇਆ। ਇਹ ਅੱਜ ਕੱਲ੍ਹ ਦਿਨਾਂ ਦੇ ਵਿੱਚ ਵਿਹਲਾ ਹੁੰਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਜਦੋਂ ਨਰਾਤਿਆਂ ਜਾਂ ਮੇਲੇ ਦਾ ਟਾਈਮ ਹੁੰਦਾ ਇੱਥੇ ਪੈਰ ਰੱਖਣ ਨੂੰ ਵੀ ਥਾਂ ਹੁੰਦੀ, ਲੱਖਾਂ ਦੀ ਗਿਣਤੀ ਵਿੱਚ ਇੱਥੇ ਲੋਕ ਇਕੱਠੇ ਹੁੰਦੇ ਆ। ਆਹ ਮੇਨ ਦਰਬਾਰ ਹੈ ਜੀ, ਇਹ ਮੰਦਰ ਦਾ ਜਿਹੜਾ ਮੇਨ ਦਰਬਾਰ ਬਣਿਆ ਮੈਸਰਖਾਨੇ ਦਾ, ਇਹ ਮੇਨ ਦਰਬਾਰ ਉੱਥੋਂ ਦਾ ਜੀ। ਹੁਣ ਅਸੀਂ ਚੱਲ ਪਏ ਹਾਂ ਜੀ ਸੁਨਿਆਰਿਆਂ ਦਾ ਮੰਦਰ ਵੇਖਣ। ਇਹਨੂੰ ਸੁਨਿਆਰਿਆਂ ਦਾ ਮੰਦਰ ਆਖਿਆ ਜਾਂਦਾ, ਮੈਨੂੰ ਇਹ ਨਹੀਂ ਸਮਝ ਆਉਂਦੀ ਥਾਂ ਉਹਨਾਂ 'ਤੇ ਵੱਡੀਆਂ ਕਿਉਂ ਪਾਈਆਂ ਹੋਈਆਂ, ਕੋਈ ਸੁਨਿਆਰਿਆਂ ਦਾ ਮੰਦਰ, ਕੋਈ ਪੰਡਤਾਂ ਦਾ ਮੰਦਰ। ਚਲੋ ਅੱਜ ਤੁਹਾਨੂੰ ਦਿਖਾਉਂਦਾ ਮੈਂ ਅੰਦਰ ਜਾ ਕੇ ਅੰਦਰ ਕਿਸ ਤਰ੍ਹਾਂ ਦੀ ਕੋਈ ਕਲਾਕਿਰਤੀ ਕੀਤੀ ਹੋਈ ਹੈ। ਕੋਸ਼ਿਸ਼ ਕਰੂੰਗਾ ਵੀਡੀਓ ਬਣਾਵਾਂ, ਜੇ ਕਿਸੇ ਨੇ ਮੈਨੂੰ ਨਾ ਰੋਕਿਆ, ਜੇ ਰੋਕਿਆ ਤਾਂ ਆਪਾਂ ਚੋਰੀ ਬਣਾ ਲਾਂਗੇ। ਆ ਜਾਓ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਆਪਾਂ। ਚਲੋ ਅੰਦਰ ਗਿਆ, ਅੰਦਰ ਬਹੁਤ ਹੀ ਦੇਵੀ ਦੇਵਤੇ, ਜਿੰਨੇ ਤੁਸੀਂ ਕਹੋ ਨਾ ਉਨੇ ਦੇਵੀ ਦੇਵਤੇ ਦੀਆਂ ਫੋਟੋਆਂ ਲੱਗੀਆਂ ਹੋਈਆਂ। ਧਿਆਨ, ਮੈਂ ਸਹੀ ਯਕੀਨ ਮੰਨਿਆ ਮੇਰਾ, ਮੈਨੂੰ ਤਾਂ ਨਾਮ ਵੀ ਨਹੀਂ ਪਤਾ ਇੰਨੇ ਦੇਵੀ ਦੇਵਤਿਆਂ ਦੇ, ਜਿੰਨੀਆਂ ਅੰਦਰ ਫੋਟੋਆਂ ਲੱਗੀਆਂ ਹੋਈਆਂ ਸੀ। ਬਹੁਤ ਕਲਾਕਿਰਤੀ ਵਿਖਾਈ ਗਈ ਹੈ, ਇੱਕ ਵਾਰੀ ਇੱਥੇ ਆਓ ਜ਼ਰੂਰ ਤੁਸੀਂ। ਇਹ ਮੰਦਰ ਜਿਹੜੇ ਵੀ ਬਣੇ ਹੋਏ ਆ, ਤੁਹਾਡੇ ਵੇਖ ਕੇ ਰੂਹ ਖੁਸ਼ ਹੋ ਜਾਊਗੀ। ਬਹੁਤ ਤਰ੍ਹਾਂ ਦੇ ਦੇਵੀ ਦੇਵਤਿਆਂ ਦੀ ਫੋਟੋ ਲੱਗੀਆਂ ਹੋਈਆਂ, ਵੇਖੋ ਇੰਨੀ ਸਫਾਈ ਹੈ ਮੰਦਰ ਦੇ ਵਿੱਚ, ਬਹੁਤ ਜ਼ਿਆਦਾ। ਮੇਲੇ ਵਿੱਚ ਇਹ ਜਗ੍ਹਾ 'ਤੇ ਪੈਰ ਰੱਖਣ ਦੀ ਵੀ ਥਾਂ ਨਹੀਂ ਹੁੰਦੀ, ਸਮਝ ਲਓ ਕਿੰਨਾ ਰਸ਼ ਹੁੰਦਾ ਹੋਊਗਾ, ਲੱਖਾਂ ਦੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਆ ਜੀ। ਸੁਨਿਆਰਿਆਂ ਦਾ ਮੰਦਰ ਦੇਖਣ ਤੋਂ ਬਾਅਦ ਹੁਣ ਅਸੀਂ ਆ ਗਏ ਹਾਂ ਜੀ ਪੰਡਤਾਂ ਦਾ ਮੰਦਰ ਵੇਖਣ ਜੀ। ਇਹਨੂੰ ਪੰਡਤਾਂ ਦਾ ਮੰਦਰ ਕਹਿੰਦੇ ਇੱਥੇ, ਅਤੇ ਆ ਜਾਓ ਦੇਖਦੇ ਹਾਂ, ਨਾਲੇ ਤੁਹਾਨੂੰ ਵੀ ਦਿਖਾਉਂਦੇ ਹਾਂ ਆਪਾਂ ਕੀ ਬਣਿਆ ਹੋਇਆ ਜੀ। ਇੱਥੇ ਅੰਦਰ ਐਂਟਰ ਹੋਣ ਸਾਰ ਹੀ ਦੇਖੋ ਬਹੁਤ ਵੱਡਾ ਹਾਲ ਦੇਖਣ ਨੂੰ ਮਿਲਦਾ, ਇੱਥੇ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਆਹ ਮੇਨ ਦਰਬਾਰ ਹੈ ਜੀ ਜਿਹੜਾ ਪੰਡਤਾਂ ਵਾਲਾ ਮੰਦਰ ਬਣਿਆ ਹੋਇਆ, ਆਹ ਵੇਖੋ ਥਾਂ ਥਾਂ 'ਤੇ ਲਿਖਿਆ ਹੋਇਆ ਦਰਬਾਰ ਦੀ ਫੋਟੋ ਖਿੱਚਣਾ ਮਨਾ ਹੈ, ਆਪਾਂ ਫਿਰ ਵੀ ਰਿਸਕ ਲੈ ਕੇ ਬਣਾਈ ਨੇ। ਆਹ ਦੇਖੋ ਕਾਲੀ ਮਾਤਾ ਦੀ ਫੋਟੋ ਲੱਗੀ ਹੋਈ ਹੈ, ਆਹ ਰਾਮ ਦਰਬਾਰ ਬਣਿਆ ਹੋਇਆ ਜੀ,
ਮਤਲਬ ਬਹੁਤ ਹੀ ਜ਼ਿਆਦਾ ਸੋਹਣੀ ਕਾਰਾਗਿਰੀ ਕੀਤੀ ਹੋਈ ਹੈ। ਇਕੱਲੀ ਇਕੱਲੀ ਫੋਟੋ ਉੱਪਰ ਤੁਸੀਂ ਧਿਆਨ ਨਾਲ ਵੇਖੋ ਤਾਂ, ਆਹ ਜੀ ਵੇਖੋ ਫੋਟੋ ਖਿੱਚਣੀ ਬਣਾ ਹੈ, ਆਹ ਇਹਨਾਂ ਦਾ ਇਤਿਹਾਸ ਹੈ ਜੀ, ਪਾਊਜ਼ ਕਰਕੇ ਪੜ੍ਹ ਲਿਓ, ਉਹਨਾਂ ਨੂੰ ਤੁਹਾਨੂੰ ਵੀ ਸਮਝ ਲੱਗ ਜੂਗੀ। ਅਤੇ ਆਹ ਸ਼ੋਟ ਦਾ ਇੱਥੇ ਕੋਈ ਰੀਜ਼ਨ ਨਹੀਂ ਹੈ, ਇਹ ਮੈਨੂੰ ਬਸ ਸੋਹਣਾ ਲੱਗਿਆ, ਮੈਂ ਤਾਂ ਕਰਕੇ ਇਹਦੇ ਵਿੱਚ ਐਡ ਕਰਤਾ, ਕਿਉਂਕਿ ਇਹਦਾ ਸਲੋ ਮੋਸ਼ਨ ਮੈਨੂੰ ਬਹੁਤ ਸੋਹਣਾ ਲੱਗਿਆ, ਵੇਖੋ ਕਿੰਨਾ ਜ਼ਬਰਦਸਤ ਲੱਗਦਾ। ਇੱਕ ਚੀਜ਼ ਦੀ ਸਮਝ ਨਹੀਂ ਆਈ ਆ, ਚੌਂਕ ਦੇ ਵਿੱਚ ਵਾਲੇ ਰੇਲਿੰਗ ਵਾਲੀ ਪੌੜੀ ਚੜ੍ਹਾਉਣ ਦੀ ਕੀ ਲੋੜ ਸੀ, ਇਹਦਾ ਖਰਚਾ ਕਿਉਂ ਕੀਤਾ। ਚਲੋ ਮਿਲਾਂਗੇ ਅਗਲੇ ਵੀਕ ਇੱਕ ਨਵੀਂ ਵੀਡੀਓ ਦੇ ਨਾਲ, ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ। ਮੈਸਰਖਾਨੇ ਜ਼ਰੂਰ ਵਿਜ਼ਿਟ ਕਰਿਓ, ਬਹੁਤ ਕੁਝ ਦੇਖਣ ਨੂੰ ਮਿਲੂਗਾ।